ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਨੂੰ ਅੱਗੇ ਰੱਖ ਕੇ ਸਾਰਾ ਜੋ ਖੇਡ ਹੈ ਉਹ ਮਨ ਦਾ ਹੀ ਹੈ। ਹਮੇਸ਼ਾ ਬਾਣੀ ਗੁਰੂ ਨੂੰ ਮਨ 'ਤੇ ਲਾ ਕੇ ਸਮਝਣਾ ਹੈ। ਕਿੱਥੇ ਲਾ ਕੇ ਸਮਝਣਾ ਹੈ? ਮਨ 'ਤੇ। ਆਹ ਜਿਹੜਾ ਸਰੀਰ ਆ ਇਹਨੂੰ ਬਣਾ ਕੇ ਪਾਸੇ ਕਰ ਦਿੱਤਾ, ਗੱਲ ਇਹਦੀ ਨਹੀਂ ਚੱਲਦੀ। ਆਹ ਜੋ ਬੋਡੀ ਹੈ ਨਾ, ਇਹਦੀ ਗੱਲ ਨਹੀਂ ਚੱਲਦੀ। ਗੱਲ ਚੱਲਦੀ ਇਹਦੇ ਵਿੱਚ ਜੋ ਮਨ ਵੱਸਦਾ, ਇਹਦੀ ਗੱਲ ਚੱਲਦੀ। ਇਹਦੇ ਵਿੱਚ ਆਤਮਾ ਹੈ, ਆਤਮਾ ਦੀ ਗੱਲ ਚੱਲਦੀ। ਇਹਦੇ ਵਿੱਚ ਧਰਮ ਰਾਏ ਆ, ਚਿੱਤਰਗੁਪਤ ਆ, ਉਹਦੀ ਗੱਲ ਚੱਲਦੀ। ਇਹਦੇ ਵਿੱਚ ਕਾਲ ਆ, ਮਾਇਆ, ਉਹਦੀ ਗੱਲ ਚੱਲਦੀ। ਤ੍ਰੈਗੁਣ ਨੇ, ਉਹਦੀ ਗੱਲ ਚੱਲਦੀ। ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਉਹਦੀ ਗੱਲ ਚੱਲਦੀ। ਇਹ ਸਾਰੇ ਸੂਖਮ ਨੇ। ਹੁਣ ਗੁਰਮੁਖ ਪਿਆਰਿਓ, ਜੋ ਮੈਂ ਕਹਿ ਕੇ ਹਟਿਆ ਤੁਹਾਨੂੰ ਵੀ ਇਹਦੀ ਗੱਲ ਚੱਲਦੀ, ਇਹਦੀ ਗੱਲ ਚੱਲਦੀ, ਇਹ ਹੋਰ ਜੂਨਾਂ ਨੂੰ ਨਹੀਂ ਪਤਾ। ਮਾਲਕ ਨੇ 84 ਲੱਖ ਜੂਨ ਬਣਾਈ ਹੈ। ਕਿੰਨੀ ਬਣਾਈ ਜੀ? 84 ਲੱਖ। 84 ਜੂਨ 22 ਵੀ 84 ਲੱਖ ਜੂਨ ਬਣਾਈ। ਇੱਕ ਘੱਟ 84 ਲੱਖ ਜੂਨ, ਇੱਕ ਘੱਟ। ਹੋਰਾਂ ਜੂਨਾਂ ਨੂੰ ਇਹ ਮੌਕਾ ਨਹੀਂ ਮਿਲਿਆ ਇਕੱਠੇ ਬੈਠ ਕੇ ਵਿਚਾਰ ਕਰਨ ਦਾ, ਆਪਾਂ ਵਿਚਾਰਨ ਦਾ, ਇਕੱਠੇ ਬੈਠ ਕੇ ਸਿਮਰਨ ਕਰਨ ਦਾ, ਇਕੱਠੇ ਬੈਠ ਕੇ ਇਕੱਠ ਕਹਾਣੀ ਸੁਣਨ ਦਾ, ਅਤੇ ਪ੍ਰਭੂ ਮਿਲਾਪ ਕਰਨ ਦਾ, ਨਾਮ ਸੁਣਨ ਦਾ ਇਹ ਮੌਕਾ ਨਹੀਂ ਮਿਲਿਆ। ਇਹ ਜੇ ਮੌਕਾ ਮਿਲਿਆ ਤਾਂ ਮਨੁੱਖ ਨੂੰ ਮਿਲਿਆ। ਕਿਹਨੂੰ ਮਿਲਿਆ? ਜੋ ਮਨੁੱਖ ਜਾਮੇ ਦੇ ਵਿੱਚ ਸਾਡਾ ਮਨ ਆਇਆ, ਉਹ ਮਨ ਨੂੰ ਮੌਕਾ ਮਿਲਿਆ। ਇਸ ਜਨਮ ਦੇ ਵਿੱਚ, ਮਨੁੱਖਾ ਦੇਹੀ ਦੇ ਵਿੱਚ, ਦੂਸਰੀਆਂ ਜੂਨਾਂ ਦੇ ਨਾਲੋਂ ਸਾਡੇ ਮਨ ਨੂੰ ਅਕਲ ਜ਼ਿਆਦਾ ਦਿੱਤੀ, ਗਿਆਨ ਜ਼ਿਆਦਾ ਦਿੱਤਾ, ਸੋਝੀ ਜ਼ਿਆਦਾ ਦਿੱਤੀ, ਕਲਾ ਜ਼ਿਆਦਾ ਦਿੱਤੀ। ਉਸ ਕਲਾ ਦਾ, ਸੋਝੀ ਦਾ, ਅਕਲ ਦਾ ਇਸਤੇਮਾਲ ਕਰਕੇ ਆਪਾਂ ਰੱਬ ਨੂੰ ਮਿਲਣਾ। ਜਿਸ ਨੂੰ ਮਿਲਣ ਵਾਸਤੇ ਚਾਂਸ ਮਿਲਿਆ, ਮੌਕਾ ਮਿਲਿਆ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ। ਹੁਣ ਆਪਾਂ ਤਾਂ ਇਸ ਰਸਤੇ 'ਤੇ ਚੱਲੇ ਹੋਏ ਹਾਂ, ਵਿੱਚ ਗੁਰਮੁਖ ਮਿਲੇ ਵੀ ਨੇ ਅਤੇ ਕੁਛ ਨਵੇਂ ਆ ਕੇ ਚੱਲ ਰਹੇ ਨੇ, ਅਤੇ ਜਿਹੜੇ ਆਪਣੇ ਭੈਣ ਭਰਾ ਇਹੋ ਜਿਹੇ ਨਹੀਂ ਚੱਲੇ ਇਸ ਰਸਤੇ 'ਤੇ, ਉਹਨਾਂ ਨੂੰ ਘਰ ਜਾ ਕੇ ਆਪਾਂ ਸਮਝਾਉਣਾ ਹੈ। ਜੇ ਤੁਹਾਡੇ ਮਨ ਵਿੱਚ ਫੁਰਨਾ ਬਣ ਗਿਆ ਕਿ ਰਿਸ਼ਤੇਦਾਰੀ 'ਚ ਜਾ ਕੇ ਸਮਝਾਈਏ ਵੀ ਉਹ ਬੜੇ ਸਹਿਜ ਵਾਲੇ ਨੇ, ਤਾਂ ਤੁਸੀਂ ਉਹ ਡਿਊਟੀ ਸਮਝ ਕੇ ਜਾਣਾ, ਜਾਣਾ ਤੁਸੀਂ, ਇਗਨੋਰ ਨਹੀਂ ਕਰਨਾ, ਜਾਣਾ। ਜਾ ਕੇ ਉਹਨਾਂ ਨੂੰ ਸਮਝਾਉਣਾ ਹੈ ਵੀ ਆਓ ਆਪਾਂ ਵਿਚਾਰ ਕਰੀਏ, ਅਤੇ ਸਿਮਰਨ ਸਿਖਾਉਣਾ, ਅਤੇ ਨਾਮ ਦਾ ਭੇਦ ਦੇਣਾ, ਸੱਚ ਦਾ ਭੇਦ ਦੇਣਾ, ਵੀ ਉਹ ਵੀ ਆਪਣੇ ਜਨਮ ਦਾ ਲਾਹਾ ਖੱਟ ਲੈਣ। ਅਤੇ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ, ਅੰਦਰ ਤੁਹਾਡੇ ਫੁਰਨਾ ਬਣੇ ਵੀ ਇਹਦੇ ਨਾਲ ਵਿਚਾਰ ਕਰੋ, ਤਾਂ ਸਮਝ ਲੈਣਾ ਕਿ ਮਾਲਕ ਨੇ ਇਹ ਫੁਰਨਾ ਪਾਇਆ ਅਤੇ ਇਹਦੇ ਨਾਲ ਵਿਚਾਰ ਕੀਤੀ ਜਾਵੇ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਆਪਾਂ ਦੂਸਰਿਆਂ ਦਾ ਭਲਾ ਕਰਾਂਗੇ। ਕੀ ਕਰਾਂਗੇ ਜੀ? ਦੂਸਰਿਆਂ ਦਾ ਭਲਾ ਕਰਾਂਗੇ। ਇਹ ਭਲਾ ਕਿਵੇਂ ਹੁੰਦਾ? ਬਾਹਰੀ ਤੌਰ 'ਤੇ, ਸਰੀਰਕ ਤੌਰ 'ਤੇ ਅਸੀਂ ਲੰਗਰ ਛਕਾ ਦਿੰਦੇ ਹਾਂ, ਕਿਸੇ ਨੂੰ ਪੈਸੇ ਦੇ ਦਿੰਦੇ ਹਾਂ, ਕਿਸੇ ਨੂੰ ਕੱਪੜਾ ਦੇ ਦਿੰਦੇ ਹਾਂ, ਇਹਨੂੰ ਆਪਾਂ ਸਮਝਦੇ ਵੀ ਇਹ ਮੈਂ ਭਲਾ ਕੀਤਾ। ਇਹ ਦ੍ਰਿਸ਼ਮਾਨ ਤੌਰ 'ਤੇ ਹੈ, ਲੇਕਿਨ ਮਾਲਕ ਦੇ ਘਰ ਇਸ ਭਲੇ ਦਾ ਕੋਈ ਮਕਸਦ ਨਹੀਂ ਹੈਗਾ। ਮਾਲਕ ਦੇ ਘਰ ਤਾਂ ਇੱਕੋ ਇੱਕ ਭਲਾ ਹੈ, ਉਹ ਕਿਹੜਾ ਹੈ? ਤੁਸੀਂ ਭੁੱਲੇ ਹੋਏ ਨੂੰ ਘਰ ਦਾ ਰਸਤਾ ਦੱਸ ਦਿਓ, ਭੁੱਲੇ ਹੋਏ ਨੂੰ ਘਰ ਦਾ ਰਸਤਾ ਦੱਸ ਦਿਓ। ਹੁਣ ਭੁੱਲਿਆ ਕੌਣ ਆ ਘਰ ਨੂੰ? ਮਨ। ਸਰੀਰਾਂ ਦੇ ਘਰਾਂ ਦਾ ਪਤਾ ਆਪਾਂ ਨੂੰ, ਜਿੱਥੋਂ ਆਏ ਹਾਂ ਚੱਲ ਕੇ, ਗੱਡੀਆਂ 'ਤੇ, ਮੋਟਰਸਾਈਕਲਾਂ 'ਤੇ, ਬੱਸਾਂ 'ਤੇ ਬਹਿ ਕੇ ਆਏ ਹਾਂ, ਉਹ ਘਰ ਦਾ ਤਾਂ ਪਤਾ ਹੈ। ਉੱਥੋਂ ਆਏ ਹਾਂ, ਇੱਥੇ ਸਮਾਪਤੀ ਹੋਏਗੀ, ਜਲ ਪਾਣੀ ਛਕਿਆ ਜਾਏਗਾ ਅਤੇ ਮਨ ਸਾਡਾ ਸਰੀਰਾਂ ਨੂੰ ਉਸ ਘਰ ਲੈ ਜਾਏਗਾ। ਇਹ ਘਰ ਦਾ ਤਾਂ ਪਤਾ ਹੈ, ਲੇਕਿਨ ਕਿਹੜਾ ਘਰ ਭੁੱਲੇ ਹੋਏ ਹਾਂ? ਜਿਹੜਾ ਮਨ ਦਾ ਘਰ ਆ। ਕਿਹੜਾ ਘਰ ਜੀ? ਮਨ ਦਾ ਘਰ, ਜਿਹਨੂੰ ਥਿਰ ਘਰ ਪੜ੍ਹਦੇ ਹਾਂ, ਨਿੱਜ ਮਹਿਲ ਪੜ੍ਹਦੇ ਹਾਂ। ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਬੋਹਰ ਨਾ ਹੋਏਗਾ ਫੇਰਾ, ਥਿਰ ਘਰ ਬੈਸੋ ਹਰਜਨ ਪਿਆਰੇ। ਉਹ ਕਿੱਥੇ ਆ? ਹੁਣ ਸੱਚਖੰਡ ਦਾ, ਦਰਗਾਹ ਦਾ ਭੇਦ ਦੇ ਦੇਣਾ ਵੀ ਆਹ ਰਸਤਾ ਜਾਂਦਾ ਤੇਰੇ ਘਰ ਨੂੰ, ਮਨ ਨੂੰ ਭੇਦ ਦੇ ਦੇਣਾ।
ਨਾਮ ਦਾ ਭੇਦ ਦੇਣਾ, ਨਾਮ ਰਸਤਾ ਹੈ। ਕੀ ਰਸਤਾ ਜੀ? ਨਾਮ। ਵੀ ਇਹ ਰਸਤੇ 'ਤੇ ਚੱਲ ਕੇ ਤੂੰ ਆਪਦੇ ਘਰ ਪਹੁੰਚ ਜਾ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਨਾਮ ਦੇ ਨਾਲ ਚੜ੍ਹਦੀ ਕਲਾ ਹੋਣੀ ਹੈ, ਨਾਮ ਦੇ ਨਾਲ ਹੀ ਸਾਰਿਆਂ ਦਾ ਭਲਾ ਹੋਣਾ। ਅਤੇ ਸੁੱਖ ਵੀ ਨਾਮ ਨੇ ਦੇਣਾ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਅਤੇ ਦੁਖੀ ਕਿਉਂ ਹੋਏ? ਦੁਖੀ ਆਪਾਂ ਉਦੋਂ ਹੋਏ ਜਦੋਂ ਨਾਮ ਨਾਲੋਂ ਲਿਵ ਟੁੱਟੀ। ਅਤੇ ਨਾਮ ਨਾਲੋਂ ਲਿਵ ਕਦੋਂ ਟੁੱਟਦੀ ਆ? ਜਦੋਂ ਅਸੀਂ ਮਾਂ ਦੇ ਗਰਭ 'ਚੋਂ ਪਹਿਲੀ ਵਾਰੀ ਬਾਹਰ ਆਏ, ਕੁਝ ਸਮੇਂ ਬਾਅਦ ਰਵਾਇਆ ਜਾਂਦਾ ਬੱਚੇ ਨੂੰ, 5-7 ਸੈਕਿੰਡਾਂ ਦੇ ਵਿੱਚ ਵਿੱਚ ਹੀ, ਅਤੇ ਬੱਚਾ ਰੋਂਦਾ। ਜਦੋਂ ਰੋਂਦਾ ਉਦੋਂ ਲਿਵ ਟੁੱਟਦੀ ਹੈ, ਜਦੋਂ ਫਸਟ ਟਾਈਮ ਰੋਂਦਾ। ਅਤੇ ਉਸ ਤੋਂ ਬਾਅਦ ਜਿਹੜੇ ਗੁਰਮੁਖ ਖੇਲ ਸਮਝ ਗਏ ਨੇ, ਜਿਵੇਂ ਹੁਣ ਤੁਸੀਂ ਸਮਝੇ ਹੋਏ ਹੋ, ਅਤੇ ਤੁਹਾਨੂੰ ਪਤਾ ਵੀ ਰਾਤ ਨੂੰ ਸੌਣ ਲੱਗਿਆਂ ਕਿੱਥੇ ਆਸਣ ਲਾਉਣਾ ਮਨ ਦਾ, ਅਤੇ ਧਿਆਨ ਕਿੱਥੇ ਲਾਉਣਾ ਪਤਾ ਨਾ ਸਾਰਿਆਂ ਨੂੰ। ਸੌਣ ਲੱਗਿਆਂ ਅਸੀਂ ਮਨ ਦਾ ਆਸਣ ਕਿੱਥੇ ਲਾਉਣਾ? ਸੌਣ ਲੱਗਿਆਂ ਅਸੀਂ ਪਹਿਲਾਂ ਸਿਮਰਨ ਕਰਨਾ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਆਪਾਂ ਕੰਮ ਕਰਦੇ ਹਾਂ, ਸਰੀਰ ਨੂੰ ਮੈਲ ਲੱਗੀ, ਕੱਪੜਿਆਂ ਨੂੰ ਮੈਲ ਲੱਗੀ, ਆਪਾਂ ਝਾੜ ਲੈਂਦੇ ਹਾਂ। ਅਤੇ ਜਦੋਂ ਆਪਾਂ ਸੌਣ ਲੱਗਦੇ ਹਾਂ ਉਦੋਂ ਪਹਿਲਾਂ ਜਿਹੜੀ ਡਸਟ ਵਗੈਰਾ ਘੱਟਾ ਲੱਗਾ ਹੁੰਦਾ ਆਪਣੇ ਮਨ ਨੂੰ, ਉਹਨੂੰ ਝਾੜਨਾ। ਉਹ ਕਿਵੇਂ ਝਾੜਦੇ ਹਾਂ? ਜਿਵੇਂ ਬਾਹਰੀ ਆਪਾਂ ਐਂ ਝਾੜ ਲੈਂਦੇ ਹਾਂ, ਇੱਧਰ ਆਪਾਂ ਝਾੜਨਾ ਹੁੰਦਾ ਸਿਮਰਨ ਕਰਕੇ, ਵਾਹ ਗੁਰੂ। ਜਦੋਂ ਅਸੀਂ ਸਿਮਰਨ ਕੀਤਾ, ਉਹ ਡਸਟ ਲੱਗੀ ਹੋਈ ਘੱਟਾ ਲੱਗਿਆ ਹੋਇਆ ਪਾਸੇ ਹਟ ਜਾਏਗਾ, ਮਨ ਸਾਫ ਹੋਏਗਾ। ਫਿਰ ਕੀ ਕਰਨਾ? ਫਿਰ ਧੁਨ ਵਿੱਚ ਧਿਆਨ ਲਾਉਣਾ ਹੈ। ਧੁਨ ਮੀਨਜ ਸ਼ਬਦ, ਸ਼ਬਦ ਮੀਨਜ ਨਾਮ, ਜਿਹੜਾ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ। ਜਿਸ ਨਾਮ ਦੀ ਗੁਰਬਾਣੀ ਦੇ ਵਿੱਚ ਮਹਿਮਾ ਅਤੇ ਵਡਿਆਈ ਹੋ ਰਹੀ, ਨਾਨਕ ਨਾਮ ਮਿਲੇ ਤਾਂ ਜੀਵਾਂ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ। ਜਿਸ ਨਾਮ ਨੇ ਸਾਡਾ ਮੂੰਹ ਸੋਹਣਾ ਬਣਾਉਣਾ, ਉਜਲ ਕਰਨਾ, ਉਹ ਨਾਮ, ਉਹ ਜੋ ਅਸਲ ਨਾਮ ਉਹ ਸਾਡੇ ਸਾਰਿਆਂ ਦੇ ਅੰਦਰ ਆ। ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਅਤੇ ਉਹ ਜਿਹੜਾ ਅਸਲ ਨਾਮ ਆ ਉਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ, ਉਹਨੂੰ ਕਲਮ ਕਾਗਜ਼ 'ਤੇ ਲਿਖ ਨਹੀਂ ਸਕਦੀ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਕਹਿੰਦੇ ਜੇ ਕੋਈ ਮਨ ਸਮਝ ਜਾਵੇ, ਜਾਣ ਜਾਵੇ ਫਿਰ ਆ। ਅਤੇ ਹੁਣ ਉਹ ਨਾਮ ਨੂੰ ਆਪਾਂ ਸਮਝ ਗਏ ਹਾਂ, ਜਾਣ ਗਏ ਹਾਂ, ਅਤੇ ਆਪਾਂ ਨੂੰ ਤਾਂ ਪਤਾ ਲੱਗ ਗਿਆ। ਅਤੇ ਜੇ ਪਤਾ ਲੱਗ ਗਿਆ ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ, ਅਤੇ ਜਿਹੜਾ ਉਹ ਥਿਰਘਰ ਆ, ਦਸਵਾਂ ਦੁਆਰ ਆ, ਨਿੱਜ ਮਹਿਲ ਆ, ਉਹਦੇ ਦਰਵਾਜ਼ੇ ਦੇ ਅੱਗੇ ਇੱਕ ਨੇਮ ਪਲੇਟ ਲਿਖੀ ਹੋਈ ਹੈ। ਉਹ ਨੇਮ ਪਲੇਟ ਦੇ ਉਹ ਕਿੱਥੇ ਆ? ਸਾਡੇ ਮਸਤਕ 'ਤੇ। ਕਿੱਥੇ ਆ ਜੀ? ਮਸਤਕ 'ਤੇ। ਇੱਥੇ ਨੇਮ ਪਲੇਟ ਲਿਖੀ ਹੋਈ ਹੈ, ਉਹ ਨੇਮ ਪਲੇਟ ਦੇ ਉੱਤੇ ਲਿਖਿਆ ਨਾਮ। ਕੀ ਲਿਖਿਆ ਜੀ? ਨਾਮ ਲਿਖਿਆ ਆ। ਹੁਣ ਆਪਾਂ ਨੂੰ ਪਤਾ ਹੀ ਨਹੀਂ, ਅੱਗੇ ਆਪਾਂ ਸੁਣਦੇ ਹੁੰਦੇ ਸੀ ਵੀ ਜਦੋਂ ਕਿਸੇ ਦਾ ਸੰਸਕਾਰ ਹੁੰਦਾ ਸੀ, ਕਹਿੰਦੇ ਜੀ ਇਹਦੀ ਆ ਨਾ ਆਹ ਜਿਹੜੀ ਆ, ਦੇਖੋ ਇੱਥੇ ਕੁਛ ਲਿਖਿਆ ਹੈ। ਉਹ ਲਕੀਰਾਂ ਤਾਂ ਬਣੀਆਂ ਹੁੰਦੀਆਂ, ਉਹ ਜਿਹੜਾ ਇੰਨਾ ਕੁ ਪਾਰਟ ਆਪਾਂ ਦੇਖਦੇ ਹਾਂ, ਜਿਹੜਾ ਹੱਡੀ ਹੁੰਦੀ ਹੈ। ਲੇਕਿਨ ਆਪਾਂ ਨੂੰ ਤਾਂ ਪਤਾ ਹੀ ਨਹੀਂ ਕੀ ਲਿਖਿਆ, ਨਾ ਸਾਨੂੰ ਉਹ ਭਾਸ਼ਾ ਦਾ ਪਤਾ। ਲੇਕਿਨ ਜਿਨ੍ਹਾਂ ਨੇ ਉਹ ਦੇਖਿਆ ਅੰਤਰਗਤ, ਮਾਲਕ ਨਾਲ ਮਿਲਾਪ ਕੀਤਾ, ਉਹਨਾਂ ਨੇ ਦੱਸਿਆ ਵੀ ਇੱਥੇ ਆਹ ਲਿਖਿਆ। ਅਤੇ ਹੁਣ ਸਾਡੇ ਸਾਰਿਆਂ ਦੇ ਮਸਤਕ 'ਤੇ ਕੀ ਲਿਖਿਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੱਸਿਆ। ਅਤੇ ਕੀ ਲਿਖਿਆ? ਕਹਿੰਦੇ ਸਤਨਾਮ। ਕੀ ਲਿਖਿਆ ਜੀ? ਸੱਚਾ ਨਾਮ। ਸਤਨਾਮ ਕਰਤਾ ਪੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪੁਰਾਣੀ। ਕਹਿੰਦੇ ਮਸਤਕ ਦੇ ਉੱਤੇ ਲਿਖਿਆ ਹੋਇਆ, ਅਤੇ ਜਿਨ੍ਹਾਂ ਦੇ ਲਿਖਿਆ ਉਹ ਇੱਥੇ ਆਣ ਕੇ ਸਿਮਰਨ ਕਰਦੇ ਨੇ, ਅਤੇ ਉਹ ਸੱਚ ਨਾਮ ਦੇ ਨਾਲ ਮਿਲਾਪ ਕਰ ਲੈਂਦੇ ਨੇ। ਹੁਣ ਜਿਹੜੇ ਗੁਰਮੁਖਾਂ ਨੂੰ ਉਹ ਨਾਮ ਦਾ, ਸੱਚੇ ਨਾਮ ਦਾ ਪਤਾ ਹੈ, ਉਹਨੂੰ ਸੱਚਾ ਸੌਦਾ ਵੀ ਕਹਿੰਦੇ ਨੇ। ਨਾਮ ਨੂੰ ਸੱਚਾ ਸੌਦਾ ਵੀ ਕਹਿੰਦੇ ਨੇ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਸੌਦਾ ਹਰ ਨਾਮ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਸੱਚਾ ਸੌਦਾ, ਉਹ ਨਾਮ ਹੈ। ਅਤੇ ਅਸੀਂ ਵੀ ਉਹ ਕਰਨਾ ਸੱਚਾ ਸੌਦਾ। ਜਦੋਂ ਕੋਈ ਭੈਣ ਭਰਾ ਮਿਲਦਾ, ਉੱਥੇ ਨਾਮ ਦੀ ਗੱਲ ਕਰੋ, ਇਹਦਾ ਮਤਲਬ ਕਿ ਤੁਸੀਂ ਉਹ ਸੌਦਾ ਵੇਚਣਾ ਸ਼ੁਰੂ ਕਰ ਦਿੱਤਾ। ਕੋਈ ਸੁਣ ਰਿਹਾ ਉਹਨੇ ਲੈਣਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ।
ਹੁਣ ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ, ਸਿਮਰਨ ਕੀਤਾ, ਘੱਟਾ ਗਰਦ ਲਾ ਦਿੱਤਾ, ਡਸਟ ਲੱਗੀ ਸੀ ਸਵੇਰ ਤੋਂ ਸ਼ਾਮ ਤੱਕ ਵਿਚਾਰਾਂ ਦੀ, ਕਿਹੜੀ ਜੀ, ਫੁਰਨਿਆਂ ਦੀ, ਖਿਆਲਾਂ ਦੀ, ਸੋਚਾਂ ਦੀ, ਟੈਨਸ਼ਨਾਂ ਦੀ, ਉਹ ਲਹਿ ਗਈ। ਫਿਰ ਆਪਾਂ ਸ਼ਬਦ ਨੂੰ ਸੁਣਨਾ ਸ਼ੁਰੂ ਕੀਤਾ, ਇੱਥੇ ਦੇਖਦੇ ਹੋਇਆ ਸ਼ਬਦ ਨੂੰ ਸੁਣਨਾ ਸ਼ੁਰੂ ਕੀਤਾ। ਜਦੋਂ ਅਸੀਂ ਸ਼ਬਦ ਸੁਣਿਆ ਤਾਂ ਸਮਝ ਲਓ ਅਸੀਂ ਨੇਮ ਪਲੇਟ ਦੇ ਉੱਤੇ ਪੜ੍ਹ ਲਿਆ। ਨੇਮ ਪਲੇਟ ਨੂੰ ਪੜ੍ਹ ਕੇ ਸ਼ਬਦ ਨੂੰ ਸੁਣ ਲਿਆ ਅਤੇ ਨੇਮ ਪਲੇਟ ਨੂੰ ਪੜ੍ਹ ਲਿਆ ਵੀ ਕੀ ਲਿਖਿਆ ਇੱਥੇ। ਉਹ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਫਿਰ ਤੁਸੀਂ ਨੀਂਦ ਵਿੱਚ ਚਲੇ ਜਾਣਾ। ਸੌਣਾ ਤਾਂ ਵੈਸੇ ਵੀ ਹੈ, ਵਿਚਾਰ ਆਉਣਗੇ ਪਹਿਲਾਂ, ਫਿਰ ਪਾਸੇ ਮਾਰਾਂਗੇ, ਫਿਰ ਥੋੜ੍ਹੀ ਦੇਰ ਬਾਅਦ ਆਪਣੇ ਆਪ ਵਿਚਾਰ ਖਤਮ ਹੋ ਜਾਣਗੇ। ਅਤੇ ਉੱਥੇ ਜਾਣਾ, ਉਹਨੂੰ ਮਿਲਣਾ, ਇਹ ਵਿਚਾਰਾਂ 'ਚ ਆਮ ਬੰਦਾ ਸੌਂਦਾ। ਲੇਕਿਨ ਆਪਾਂ ਐਵੇਂ ਨਹੀਂ ਸੌਂਦੇ। ਹੁਣ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ, ਫਿਰ ਉਹ ਸ਼ਬਦ ਸੁਣਦੇ ਹਾਂ। ਸ਼ਬਦ ਨੂੰ ਸੁਣਦਿਆਂ ਹੋਇਆਂ ਮਨ ਦਾ ਆਸਣ ਦਸਵੇਂ ਦੁਆਰ ਵਿੱਚ ਲਾ ਕੇ ਫਿਰ ਆਪਾਂ ਸੌਂਦੇ ਹਾਂ। ਮਤਲਬ ਕਹਿੰਦਾ ਵੀ ਉਹ ਧੁੰਨ ਨੂੰ, ਨਾਮ ਨੂੰ ਸੁਣ ਸੁਣ ਕੇ ਨੀਂਦ ਵਿੱਚ ਚਲੇ ਜਾਂਦੇ। ਫਿਰ ਉੱਧਰੋਂ ਜਦੋਂ ਆਉਂਦੇ ਆਪਾਂ, ਉੱਧਰੋਂ ਜਦੋਂ ਆਉਂਦੇ ਹਾਂ, ਇੱਕ ਵਾਰੀ ਦੋ ਕੁ ਵਾਰੀ ਤਾਂ ਆਪਾਂ ਆਉਂਦੇ ਹਾਂ, ਆਏ ਫਟਾਫਟ ਫਿਰ ਚਲੇ ਜਾਂਦੇ ਹਾਂ। ਜਦੋਂ ਸਾਡਾ ਮਨ ਬੋਡੀ 'ਚ ਆਉਂਦਾ ਹੈ ਤਾਂ ਉਦੋਂ ਕੀ ਕਰਦਾ, ਬੋਡੀ ਨੂੰ ਖੱਬੇ ਸੱਜੇ ਕਰਦਾ, ਫਿਰ ਚਲਾ ਜਾਂਦਾ। ਉਦੋਂ ਨਹੀਂ ਅਸੀਂ ਗੌਰ ਕਰਦੇ, ਉਦੋਂ ਅਸੀਂ ਇਹ ਗੌਰ ਕਰਨੀ ਆ ਵੀ ਉਦੋਂ ਫਿਰ ਮਨ ਬੋਡੀ 'ਚ ਆਇਆ, ਥੋੜ੍ਹੇ ਜਿਹੇ ਸਕਿੰਟਾਂ ਦੇ ਹਿਸਾਬ ਨਾਲ। ਉਦੋਂ ਤੁਸੀਂ ਮਸਤਕ ਦੇ ਸਾਹਮਣੇ ਫਿਰ ਦੇਖੋ, ਦਰਵਾਜ਼ੇ ਵੱਲ ਫਿਰ ਦੇਖੋ, ਉਹ ਨੇਮ ਪਲੇਟ ਵੱਲ ਫਿਰ ਦੇਖੋ, ਫਿਰ ਤੁਹਾਨੂੰ ਨੀਂਦ ਆ ਜਾਏਗੀ। ਉਹ ਫਿਰ ਦੋ ਢਾਈ ਘੰਟੇ ਬਾਅਦ, ਡੇਢ ਘੰਟੇ ਬਾਅਦ ਫਿਰ ਮਨ ਬੋਡੀ 'ਚ ਆਏਗਾ ਵੀ ਇੱਧਰ ਤਾਂ ਹੁਣ ਸਰੀਰ ਪਿਆ, ਥੱਕ ਗਿਆ, ਇੱਧਰ ਨੂੰ ਲੈ ਲਈਏ, ਜਾਂ ਬਾਂਹ ਸੌਂਗੀ, ਹੈ ਨਾ, ਇੱਧਰ ਪਾਸਾ ਲੈ ਲਈਏ, ਜਾਂ ਸਿੱਧੇ ਪੈ ਜਾਈਏ। ਬੋਡੀ ਨੂੰ ਸਿੱਧਾ ਕੀਤਾ, ਫਿਰ ਚਲਾ ਗਿਆ। ਫਿਰ ਜਦੋਂ ਇਹਨੇ ਉੱਠਣਾ ਸਵੇਰੇ, ਪਤਾ ਵੀ ਹੁਣ ਕੰਮਾਂ ਧੰਦਿਆਂ 'ਤੇ ਜਾਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਫਿਰ ਜਦੋਂ ਇਹ ਉੱਠਦਾ ਉਦੋਂ ਤੁਸੀਂ ਪਹਿਲਾਂ ਅੱਖਾਂ ਤੁਹਾਡੀਆਂ ਬੰਦ ਨੇ, ਬੈੱਡ ਤੋਂ ਉਤਰਨ ਤੋਂ ਪਹਿਲਾਂ ਸ਼ਬਦ ਸੁਣੋ, ਉਹੀ ਨਾਮ ਸੁਣੋ, ਫਿਰ ਮਾਲਕ ਨੂੰ ਦੇਖੋ, ਪ੍ਰਕਾਸ਼ ਨੂੰ ਦੇਖੋ। ਅੱਖ ਬਣਾਈ ਹੋਈ ਹੈ ਨਾ, ਤੁਸੀਂ ਦੇਖਦੇ ਹੋ ਜਿਹੜੇ, ਉਤਸਾਹ ਦੇਖੋ। ਦੇਖਣ ਤੋਂ ਬਾਅਦ ਫਿਰ ਉਹਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰਕਾਸ਼ ਜੀ ਨੂੰ ਪਿਤਾ ਜੀ ਕਹਿੰਦੇ ਹਾਂ, ਪਿਤਾ ਜੀ ਕਹਿੰਦੇ ਹਾਂ ਨਾ। ਜਿਵੇਂ ਦੁਨਿਆਵੀ ਤੌਰ 'ਤੇ ਆਪਾਂ ਆਪਣੇ ਡੈਡੀ ਨੂੰ ਪਿਤਾ ਜੀ ਜਾਂ ਪਾਪਾ ਕਹਿੰਦੇ ਹਾਂ ਜਾਂ ਡੈਡੀ ਕਹਿੰਦੇ ਹਾਂ, ਇੱਧਰ ਫਿਰ ਆਪਾਂ ਕੀ ਕਹਿੰਦੇ ਹਾਂ, ਪਿਤਾ ਜੀ ਕਿਵੇਂ, ਮਤਲਬ ਕਿ ਮੰਨੀਏ ਵੀ ਅਸੀਂ ਪਿਤਾ ਜੀ ਕਹਿਤਾ, ਜੇ ਅਸੀਂ ਕਿਹਾ ਵਾਹ ਗੁਰੂ, ਸਿਮਰਨ ਸ਼ੁਰੂ ਕੀਤਾ ਵਾਹ ਗੁਰੂ, ਸਮਝ ਲਓ ਅਸੀਂ ਆਪਣੇ ਪਿਤਾ ਨੂੰ ਆਵਾਜ਼ ਮਾਰੀ। ਇਸ ਤਰ੍ਹਾਂ ਫਿਰ ਆਪਾਂ ਸਿਮਰਨ ਕਰਨਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਕਹਿਵੇ। ਇਸ ਤਰ੍ਹਾਂ ਫਿਰ ਸਰੀਰ ਵਿੱਚ ਆਏ, ਫਿਰ ਤੁਸੀਂ ਆਪਦਾ ਜੋੜਾ ਪਾਓ, ਜੋੜਾ ਪਾਉਂਦੇ ਹੋਏ ਬਾਥਰੂਮ ਤੱਕ, ਸ਼ਿੰਕ ਤੱਕ ਜਾਂਦੇ ਹੋਏ ਫਿਰ ਮਨ 'ਚ ਕਰੋ ਵਾਹ ਗੁਰੂ, ਉਹ ਤੰਦੀ ਜੋੜੀ ਰੱਖੋ। ਫਿਰ ਉੱਧਰੋਂ ਆ ਕੇ ਮੂੰਹ ਸੁਕਾਇਆ, ਅਤੇ ਫਿਰ ਆਪਾਂ ਜਲ ਪਾਣੀ ਧੀਆਂ ਭੈਣਾਂ ਨੇ ਤਿਆਰ ਕੀਤਾ, ਪਾਣੀ ਪੀਤਾ ਆਪਾਂ, ਫਿਰ ਆਪਾਂ ਸਿਮਰਨ 'ਚ ਬੈਠ ਗਏ ਧਿਆਨ 'ਚ। ਜਦੋਂ ਸਿਮਰਨ ਕਰਕੇ ਧਿਆਨ 'ਚ ਬੈਠੇ, ਫਿਰ ਭੋਜਨ ਚਾਹ ਦਾ ਲੰਗਰ ਆ ਗਿਆ, ਆਵਾਜ਼ ਵੱਜੀ ਆਪਾਂ ਨੂੰ ਵੀ ਛਕ ਲਓ ਜੀ, ਆਪਾਂ ਉਹ ਛਕ ਲੈਣਾ। ਫਿਰ ਆਪਾਂ ਨਹਾਉਣ ਧੋਣ ਕਰਨਾ, ਸਰੀਰ ਨੂੰ ਸੋਧਣਾ। ਗੁਰੂ ਦਾ ਜੋ ਸਿੰਘ ਹੈ ਨਾ, ਉਹਨੇ ਸੁਚਮਤਾ ਰੱਖਣੀ ਹੈ। ਕਿਹੜੀ ਕਿਹੜੀ ਮੇਨ ਸੁਚਮਤਾ ਜਿਹੜੀ ਆਪਾਂ ਭੁੱਲ ਗਏ, ਉਹ ਆ ਮਨ ਦੀ। ਕਿਹੜੀ ਹੈ ਜੀ? ਮਨ ਦੀ। ਮਨ ਨੂੰ ਸੁੱਚਾ ਕਰਨਾ। ਜਿਹੜਾ ਤਨ, ਤਨ ਨੂੰ ਤਾਂ ਅਸੀਂ ਕਰਦੇ ਹੀ ਹਾਂ ਸੁੱਚਾ, ਸਵੇਰੇ ਨਹਾ ਕੇ ਸਾਫ ਕਰ ਲੈਂਦੇ ਹਾਂ, ਬੁਸ਼ ਬੁਸ਼ ਕਰ ਲੈਂਦੇ ਹਾਂ। ਅਸੀਂ ਇਹ ਸੁਚਮਤਾ ਸਾਰੀ ਕਰਨੀ ਹੈ, ਮਨ ਦੀ ਵੀ ਕਰਨੀ ਆ ਅਤੇ ਤਨ ਦੀ ਵੀ ਕਰਨੀ ਹੈ। ਤਨ ਨੂੰ ਵੀ ਸਾਫ਼ ਕਰਨਾ ਅਤੇ ਮਨ ਨੂੰ ਵੀ ਸਾਫ਼ ਕਰਨਾ। ਪਹਿਲਾਂ ਅਸੀਂ ਤਨ ਹੀ ਸਾਫ਼ ਕਰਦੇ ਸੀ, ਚੰਗੇ ਚੰਗੇ ਸਾਬਣ, ਸ਼ੈਂਪੂ, ਤੇਲ ਲਿਆਉਣੇ, ਲੇਕਿਨ ਮਨ ਦਾ ਪਤਾ ਹੀ ਨਹੀਂ ਸੀ ਵੀ ਮਨ ਨੂੰ ਵੀ ਸਾਫ਼ ਕਰਨਾ, ਮਨ ਨੂੰ ਵੀ ਸੁੱਚਾ ਕਰਨਾ। ਸੁੱਚੇ ਇਹ ਨਾ ਆਖੀਅਨ ਬਹਿਣ ਜੇ ਪਿੰਡਾ ਧੋਏ। ਦੇਖੋ ਕਹਿੰਦੇ ਪਿੰਡਾ ਧੋ ਕੇ ਤੁਸੀਂ ਸੁੱਚੇ ਕਹੋ ਵੀ ਸੁੱਚੇ ਬਣ ਕੇ ਨਹੀਂ ਬਣੇ। ਸੁੱਚੇ ਇਹ ਨਾ ਆਖੀਅਨ ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਮਾਲਕ ਵਸਿਆ। ਹੁਣ ਤੁਸੀਂ ਦੇਖੋ, ਜੇ ਤਾਂ ਵਸ ਗਿਆ ਤਾਂ ਤੁਸੀਂ ਸੁੱਚੇ ਹੋ, ਅਤੇ ਜੇ ਇਹੋ ਜਿਹੇ ਨਹੀਂ ਵਸਿਆ ਤਾਂ ਸੁੱਚੇ ਹੋਈਏ।
ਸਿਮਰਨ ਕਰੀਏ, ਹੈ ਨਾ ਜੀ, ਵੱਧ ਤੋਂ ਵੱਧ ਪਿਆਰ ਨਾਲ ਸਿਮਰਨ ਕਰੀਏ, ਵੱਧ ਤੋਂ ਵੱਧ ਅਨਹਦ ਸ਼ਬਦ ਨੂੰ ਸੁਣਨ ਦੇ ਲਈ ਸਮਾਂ ਦੇਈਏ, ਅਤੇ ਵੱਧ ਤੋਂ ਵੱਧ ਦ੍ਰਿਸ਼ਟੀ ਬਣਾ ਕੇ, ਅੱਖ ਬਣਾ ਕੇ, ਨਿਗਾਹ ਬਣਾ ਕੇ ਮਾਲਕ ਨੂੰ ਦੇਖੀਏ। ਪਰਾਇਆ ਤਨ ਪਰਾਇਆ ਧਨ ਦੇਖਣ ਦੀ ਬਜਾਏ ਕਿਹਨੂੰ ਦੇਖੀਏ? ਆਪਦੇ ਮਾਲਕ ਨੂੰ ਦੇਖੋ, ਇੱਥੇ ਉਹਨੂੰ ਨਿਹਾਰੋ, ਉਹਨੂੰ ਤੱਕੋ। ਅਸੀਂ ਬਾਹਰੀ ਤੌਰ 'ਤੇ ਨਿਹਾਰਦੇ ਰਹਿੰਦੇ ਹਾਂ ਕਿਸੇ ਨੂੰ ਦੇਖ ਕੇ, ਉਹਨੂੰ ਤੱਕ ਕੇ, ਲੇਕਿਨ ਇੱਥੇ ਮਾਲਕ ਨੂੰ ਤੱਕੋ। ਅਤੇ ਜਦੋਂ ਤੁਸੀਂ ਉਹਨੂੰ ਨਿਹਾਰੋਗੇ, ਉਹ ਤੁਹਾਡੇ ਅੰਦਰ ਵਸੇਗਾ। ਅੰਦਰ ਕਿੱਥੇ ਵਸੇਗਾ? ਤੁਹਾਡੇ ਮਨ 'ਚ ਵਸੇਗਾ। ਅਤੇ ਤੁਹਾਡਾ ਮਨ ਕਿੱਥੇ ਆ? ਸਰੀਰ 'ਚ, ਨੇਤਰਾਂ 'ਚ। ਅਤੇ ਉਹ ਨੇਤਰਾਂ 'ਚ ਵਸੇਗਾ, ਅਤੇ ਜਦੋਂ ਉਹ ਵਸੇਗਾ ਫਿਰ ਮਨ ਸੁੱਚਾ ਹੋਏਗਾ। ਕਲੀਅਰ ਹੋ ਗਈ ਗੱਲ ਜੀ? ਸੁੱਚੇ ਇਹ ਨਾ ਆਖੀਅਨ ਬਹਿਣ ਜੇ ਪਿੰਡਾਂ ਤੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਸੋਏ ਮਿੰਜ ਮਾਲਕ ਆਪ ਵਸ ਗਿਆ। ਫਿਰ ਕੀ ਕਹਿੰਦੇ? ਕਹਿੰਦੇ ਕਹੋ ਨਾਨਕ ਸੱਚ ਤੇ ਆਈਐ, ਸੋਚ ਹੋਵੇ ਤਾਂ ਸੱਚ ਪਾਈਏ। ਕਹੋ ਨਾਨਕ ਸੱਚ ਤੇ ਆਈਏ, ਸੱਚ ਮਤਲਬ ਕਿ ਮਾਲਕ, ਜਿਹਨੂੰ ਆਪਾਂ ਕਹਿੰਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੱਚ ਨੂੰ ਜਦੋਂ ਅਸੀਂ ਧਿਆਉਂਦੇ ਹਾਂ ਤਾਂ ਫਿਰ ਸੱਚ ਨੂੰ ਅਸੀਂ ਪਾ ਲਾਂਗੇ। ਅਤੇ ਹੁਣ ਸੱਚ ਨੂੰ ਤਾਂ ਧਿਆਇਆ ਹੀ ਨਹੀਂ ਆਪਾਂ ਕਦੀ। ਆਮ ਦੁਨੀਆ ਕਿਹਨੂੰ ਧਿਆਉਂਦੀ ਹੈ? ਇੱਕ ਨੂੰ ਸੱਚ ਕਹਿੰਦੇ ਆ, ਇੱਕ ਨੂੰ, ਸਭਨਾ ਜੀਆਂ ਕਾ ਇੱਕ ਦਾਤਾ। ਅਤੇ ਜਿਹੜਾ ਦੂਜਾ ਹੈ, ਦੂਸਰੇ ਨੂੰ ਧਿਆਉਂਦੀ ਦੁਨੀਆ। ਅਤੇ ਦੂਸਰਾ ਕੌਣ ਆ? ਦੂਸਰਾ ਹੈ ਕਾਲ। ਅਸੀਂ ਕਾਲ ਦੀ ਪੂਜਾ ਕਰਦੇ ਹਾਂ, ਕਾਲ ਤੋਂ ਮੰਗਦੇ ਹਾਂ, ਕਾਲ ਨੂੰ ਜਪਦੇ ਹਾਂ, ਲੇਕਿਨ ਅਸੀਂ ਇੱਕ ਨੂੰ ਨਹੀਂ ਜਪਿਆ ਕਦੀ, ਸੱਚ ਨੂੰ ਨਹੀਂ ਜਪਿਆ ਕਦੀ, ਜਿਹੜਾ ਸਦਾ ਰਹਿਣ ਵਾਲਾ। ਜਦੋਂ ਅਸੀਂ ਉਹਨੂੰ ਜਪਾਂਗੇ ਫਿਰ ਉਹ ਸਾਨੂੰ ਮਿਲੇਗਾ। ਅਤੇ ਜਦੋਂ ਮਿਲੇਗਾ, ਜਿਹੜੀ ਭਗਤੀ ਸਾਡੀ ਜੁਗਤੀਆਂ ਵਿਧੀਆਂ ਰਹਿੰਦੀਆਂ ਨੇ, ਉਹ ਆਪੇ ਕਰਾ ਲਏਗਾ, ਉਹ ਆਪੇ ਕਰਾ ਲਏਗਾ। ਤੁਸੀਂ ਉਹਨੂੰ ਜਪੋ, ਉਹਦੇ ਨਾਲ ਪਿਆਰ ਪਾਓ। ਕੀ ਕਰੋ ਜੀ? ਪਿਆਰ ਨਾਲ, ਪਿਆਰ ਨਾਲ ਮਿਲਣਾ ਉਹਨੇ, ਕੱਟੜਤਾ ਨਾਲ ਨਹੀਂ ਮਿਲਣਾ। ਹਰ ਇੱਕ ਦੇ ਵਿੱਚ ਮਾਲਕ ਦੀ ਜੋਤ ਆ। ਅਤੇ ਫਿਰ ਅਸੀਂ ਨਫ਼ਰਤ ਕਹਿੰਦੇ ਨਾ ਕਰੀਏ, ਸਾਡਾ ਹੱਕ ਹੀ ਨਹੀਂ ਬਣਦਾ ਕਿਸੇ ਨੇ ਨਫ਼ਰਤ ਕਰਨਾ, ਕਿਉਂਕਿ ਮਾਲਕ ਦੀ ਜੋਤ ਆ ਸਾਰਿਆਂ ਦੇ ਵਿੱਚ। ਜੀਵ ਜੰਤੂਆਂ 'ਚ ਮਾਲਕ ਦੀ ਜੋਤ ਆ। ਕਈ ਦੇਖਿਆ ਕਿੰਨੇ ਵਿਚਾਰੇ ਪਸ਼ੂਆਂ ਨੂੰ ਕੁੱਟਣ ਲੱਗ ਜਾਂਦੇ, ਕਈ ਡਾਂਗਾ ਮਾਰਦੇ ਨੇ, ਸੋਟੀਆਂ ਮਾਰਦੇ, ਕਈ ਬੱਚੇ ਕੁੱਟਣ ਲੱਗ ਜਾਂਦੇ ਪਸ਼ੂਆਂ ਨੂੰ। ਜੇ ਉਹਨੂੰ ਪ੍ਰੋਬਲਮ ਆ ਗਈ, ਉਹਨੇ ਦੁੱਧ ਨਹੀਂ ਦਿੱਤਾ, ਉਹਨੂੰ ਡਾਂਗਾ ਨਾਲ ਕੁੱਟਣ ਲੱਗ ਗਏ, ਛਿੱਟੀਆਂ ਨਾਲ ਕੁੱਟਣ ਲੱਗ ਗਏ, ਤਾਂ ਫਿਰ ਕੀ ਹੋਇਆ? ਉਹਨੂੰ ਵੀ, ਸਾਨੂੰ ਵੀ ਕਿਤੇ ਪ੍ਰੋਬਲਮ ਆ ਸਕਦੀ ਹੈ ਸਰੀਰ ਨੂੰ, ਸਾਨੂੰ ਵੀ ਕਈ ਵਾਰੀ ਚੰਗਾ ਨਹੀਂ ਲੱਗਦਾ ਕੁਛ। ਅਤੇ ਜੇ ਉਹਨੂੰ ਆ ਗਈ ਤਾਂ ਉਹਨੂੰ ਕੁੱਟਣਾ, ਤਸ਼ੱਦਦ ਨਹੀਂ ਕਰਨਾ ਕਿਸੇ 'ਤੇ ਵੀ ਨਹੀਂ ਕਰਨਾ, ਕਿਉਂਕਿ ਹਰ ਇੱਕ ਦੇ ਵਿੱਚ ਮਾਲਕ ਦੀ ਜੋਤ ਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਹਰ ਇੱਕ ਦੇ ਅੰਦਰ ਤੁਸੀਂ ਮਾਲਕ ਦੀ ਜੋਤ ਨੂੰ ਦੇਖੋ, ਅਤੇ ਜਦੋਂ ਮਾਲਕ ਦੀ ਜੋਤ ਤੁਸੀਂ ਦੇਖਣ ਲੱਗ ਗਏ ਤਾਂ ਤੁਸੀਂ ਨਫ਼ਰਤ ਕਰੋਗੇ ਹੀ ਨਹੀਂ ਕਿਸੇ ਨਾਲ, ਤੁਸੀਂ ਪਿਆਰ ਕਰੋਗੇ, ਕਿਉਂਕਿ ਤੁਸੀਂ ਸੋਚੋਗੇ ਜੋ ਮੇਰੇ ਅੰਦਰ ਆ ਉਹ ਇਹਦੇ ਵਿੱਚ ਆ, ਜੋ ਮੇਰੇ ਅੰਦਰ ਆ ਉਹ ਇਸ ਜੀਵ ਦੇ ਵਿੱਚ ਵੀ ਹੈ, ਜੋ ਮੇਰੇ ਵਿੱਚ ਉਹ ਦਰੱਖਤਾਂ ਵਿੱਚ ਵੀ ਹੈ, ਜੋ ਮੇਰੇ ਅੰਦਰ ਉਹ ਫਸਲਾਂ ਵਿੱਚ ਵੀ ਹੈ, ਜੋ ਮੇਰੇ ਅੰਦਰ ਆ ਉਹ ਪੰਛੀਆਂ ਵਿੱਚ ਵੀ ਹੈ। ਹਾਂਜੀ, ਹਰ ਇੱਕ ਦੇ ਵਿੱਚ ਆ ਉਹ, ਕਿੱਥੇ ਨਹੀਂ ਹੈਗਾ ਉਹ, ਪਰ ਤੁਸੀਂ ਉਹਨੂੰ ਦੇਖਣ ਵਾਲੀ ਅੱਖ ਬਣਾ ਲਓ, ਦੇਖਣ ਵਾਲੀ ਅੱਖ ਬਣਾ ਲਓ, ਨਿਗਾਹ ਬਣਾ ਲਓ, ਨਿਗਾਹ। ਜਿਵੇਂ ਮੋਤੀਆ ਉਤਰਿਆ ਆਉਂਦਾ ਨਾ, ਅਤੇ ਡਾਕਟਰ ਕਹਿੰਦੇ ਜੀ ਨਿਗਾਹ ਬਣਨ ਵਾਲੀ ਹੈ, ਅਤੇ ਜਦੋਂ ਉਹ ਕੀ ਕਰਦਾ ਡਾਕਟਰ, ਉਹ ਦਵਾਈ ਉਹ ਅੱਗੇ ਨਾ ਡੇਲੇ ਦੇ ਅੱਗੇ ਇੱਕ ਪਰਤ ਜੰਮ ਜਾਂਦੀ ਹੈ, ਜਾਲਾ ਜੰਮ ਜਾਂਦਾ, ਉਹਨੂੰ ਕਹਿੰਦੇ ਮੋਤੀਆ ਹੋ ਗਿਆ। ਉਹ ਬਾਰ ਬਾਰ ਡਾਕਟਰ ਕੰਪਿਊਟਰ ਨੂੰ ਕਹਿੰਦਾ ਵੀ ਤੂੰ ਇਹਦੇ ਡਰੋਪ ਆ, ਉਹ 10-10 ਮਿੰਟ ਬਾਅਦ ਆਉਂਦੀ ਆ, ਡਰੋਪ ਆਉਂਦੀ ਆ, ਜਾਂ ਲੜਕਾ ਜਾਂ ਲੜਕੀ ਜਿਹੜੇ ਡਾਕਟਰ ਨੇ ਰੱਖੇ ਹੁੰਦੇ ਨੇ, ਉਹ 10 ਮਿੰਟ ਬਾਅਦ ਫਿਰ ਆਏ, ਫਿਰ ਉਹਨੇ 2 ਡਰੋਪ ਆਏ, ਫਿਰ ਚਲੇ ਗਏ, ਫਿਰ ਆਏ। ਉਹ ਕੀ ਹੋਇਆ? ਉਹ ਜਿਹੜਾ ਜਾਲਾ ਸੀ ਉਹ ਉੱਫਲ ਗਿਆ। ਉੱਫਲਦਾ ਸਮਝਦੇ ਨਾ ਕਿਹਨੂੰ ਕਹਿੰਦੇ? ਜਿਵੇਂ ਆਲੂ ਦਾ ਛਿਲਕਾ ਲਾਈਏ ਤਾਂ ਨਹੀਂ ਲੈਂਦਾ, ਅਤੇ ਜੇ ਉਹਨੂੰ ਉਬਾਲ ਦਿੰਦੇ ਹਾਂ ਤਾਂ ਉੱਫਲ ਜਾਂਦਾ, ਅਤੇ ਉਹ ਪੋਲਾ ਜਿਹਾ ਲੈ ਜਾਂਦਾ। ਉਹ ਦਵਾਈ ਪਾਉਣ ਨਾਲ ਉਹ ਛਿਲਕਾ ਜਿਹੜਾ ਉੱਪਰ ਆ, ਉਹ ਜਾਲਾ ਜਿਹੜਾ ਉਹ ਨਰਮ ਹੋ ਜਾਂਦਾ, ਅਤੇ ਚਿਮਟੀ ਨਾਲ ਉਹਨੂੰ ਲਾ ਦਿੰਦੇ, ਕਹਿੰਦੇ ਜੀ ਓਪਰੇਟ ਹੋ ਗਿਆ। ਠੀਕ ਹੈ ਜੀ? ਅਤੇ ਹੁਣ ਜਿਹਦੇ ਮੋਤੀਆ ਉਤਰਿਆ ਉਹਨੂੰ ਚੰਗੀ ਤਰ੍ਹਾਂ ਕਲੀਅਰ ਦਿਸਦਾ ਨਹੀਂ, ਪਛਾਣ ਨਹੀਂ ਆਉਂਦੀ ਕਿਸੇ ਦੀ, ਝੋਲਾ ਝੋਲਾ ਦਿਸਦਾ।
ਅਤੇ ਜੇ ਹੁਣ ਆਪਾਂ ਨੂੰ ਮਾਲਕ ਨਹੀਂ ਦਿਸਦਾ ਕਹਿੰਦਾ ਮਤਲਬ ਕਿ ਮੋਤੀਆ ਉਤਰਿਆ ਦਵਾਈ ਪਾਓ। ਜਦੋਂ ਅਸੀਂ ਵਾਰ ਵਾਰ ਦਵਾਈ ਪਾਵਾਂਗੇ ਤਾਂ ਉਹ ਉੱਪਰੋਂ ਜਿਹੜਾ ਜਾਲਾ ਉਫਲ ਜਾਏਗਾ ਅਤੇ ਉਹਨੂੰ ਲਾਹ ਕੇ ਪਾਸੇ ਕਰ ਦੇਗਾ। ਅਤੇ ਡਾਕਟਰ ਜਦੋਂ ਓਪਰੇਸ਼ਨ ਕਰਦਾ ਬਾਅਦ 'ਚ ਉਹਨੂੰ ਕਹਿੰਦਾ ਦੇਖ ਹੁਣ ਦਿਸਦਾ ਸਾਫ਼, ਉਹ ਕਹਿੰਦਾ ਹਾਂਜੀ ਦਿਸਦਾ। ਅਤੇ ਜੇ ਹੁਣ ਆਪਾਂ ਦਵਾਈ ਪਾਈ ਹੋਏਗੀ ਹਾਂਜੀ ਅਤੇ ਉਹ ਜਾਲਾ ਲੈ ਦੇਗਾ ਅਤੇ ਫਿਰ ਕਹਾਂਗੇ ਹੁਣ ਦੇਖ ਦਿਸਦਾ, ਉਹ ਕਹਿੰਦਾ ਹਾਂਜੀ ਦਿਸਦਾ। ਫਿਰ ਕੌਣ ਦਿਸੇਗਾ ਆਪਾਂ ਨੂੰ? ਮਾਲਕ ਕੌਣ ਦਿਸੇਗਾ? ਅਤੇ ਆਓ ਫਿਰ ਆਪਾਂ ਦਵਾਈ ਪਾ ਲਈਏ ਜੀ। ਕਿਹੜੀ ਦਵਾਈ ਪਊਗੀ? ਵਾਹ ਗੁਰੂ ਵਾਹ, ਇਹ ਡਰੋਪ ਪਾਉਣੇ ਆਪਾਂ, ਠੀਕ ਹੈ। ਇਹ ਬੋਲਣਾ ਆਪਦੀ ਰਸਨਾ ਨਾਲ ਬੋਲ ਕੇ ਆਪਦੀ ਆਵਾਜ਼ ਆਪਦੇ ਕੰਨਾਂ ਨੂੰ ਸੁਣਾਉਣੀ ਆ। ਜਿਵੇਂ ਮੈਂ ਬੋਲਿਆ ਵਾਹ, ਮੇਰੀ ਰਸਨਾ ਨੇ ਬੋਲਿਆ ਵਾਹ, ਮੇਰੇ ਕੰਨਾਂ ਨੇ ਸੁਣਿਆ। ਬੋਲਣ ਸਾਰ ਹੀ ਤੁਸੀਂ ਕੰਨਾਂ 'ਚ ਸੁਰਤੀ ਲੈ ਜਾਓ, ਬੋਲੀ ਜਾਓ, ਕੰਨਾਂ ਨਾਲ ਸੁਣੀ ਜਾਓ ਅਤੇ ਗੁਰੂ ਬੋਲ ਕੇ ਗੁਰੂ ਸੁਣੋ। ਆਓ ਸਾਰੇ ਗੁਰਮੁਖ, ਨੇਤਰ ਬੰਦ ਕਰ ਲਓ ਜੀ। ਸਾਹਮਣੇ ਨੱਕ ਦੀ ਨੋਕ ਦੇ ਅੱਗੇ ਫਰੰਟ ਨੂੰ, ਗਾਂਹ ਨੂੰ, ਸੁਣ ਨੂੰ, ਸਪੇਸ ਨੂੰ ਦੇਖੋ। ਇਹਨੂੰ ਦੇਖਦੇ ਹੋਏ ਸਿਮਰਨ ਕਰੋ, ਕਰੋ ਸ਼ੁਰੂ। ਵਾਹ ਗੁਰੂ 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 ਵਾਹ।
ਧਿਆਨ ਵਿੱਚ ਬੈਠ ਜਾਓ, ਅੱਖਾਂ ਨਹੀਂ ਖੋਲਣੀਆਂ, ਬਿਲਕੁਲ ਸਰੀਰ ਨਹੀਂ ਹਿਲਾਉਣਾ, ਮੂੰਹ ਬੰਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰਮੁਖ ਪਿਆਰਿਓ ਆਪਾਂ ਸਿਮਰਨ ਕਰਨਾ ਹੈ। ਇਹ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਉਦਾਹਰਨ ਦਿੱਤੀ ਹੈ, ਕਹਿੰਦੇ ਜੇ ਕੋਈ ਬੱਚਾ ਹੈ
ਉਹ ਨਾ ਛੇਤੀ ਟਿਕੇ ਹੈ ਨਾ ਸ਼ਰਾਰਤਾਂ ਕਰਦਾ ਰਹੇ ਅਤੇ ਪਹਿਲਾਂ ਪਿਆਰ ਨਾਲ ਮਿਲਾਉਂਦੇ ਹਾਂ ਫਿਰ ਆਪਾਂ ਕੁੱਟਦੇ ਹਾਂ ਉਹਨੂੰ ਹੈ ਨਾ ਕਈ ਵਾਰੀ ਰੰਬਾ ਖੁੰਡਾ ਹੋ ਜਾਂਦਾ ਅਤੇ ਉਹਨੂੰ ਵੀ ਆਪਾਂ ਕੁੱਟ ਕੇ ਤਿੱਖਾ ਕਰ ਲੈਂਦੇ ਹਾਂ ਇਸੇ ਤਰ੍ਹਾਂ ਕਹਿੰਦੇ ਮਨ ਨੂੰ ਵੀ ਕੁੱਟੋ ਕੁੱਟ ਕੇ ਫਿਰ ਉਹਨੂੰ ਚੈੱਕ ਕਰੋ ਵੀ ਕੁੱਟਿਆ ਗਿਆ ਕਿ ਨਹੀਂ ਵੀ ਪੂਰਾ ਚੰਡਿਆ ਗਿਆ ਕਿ ਨਹੀਂ ਇਸ ਕਰਕੇ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਕਹਿੰਦੇ ਕੁੱਟ ਕੁੱਟ ਮਨ ਕਸਵੱਟੀ ਲਾਇਆ ਕਸਵੱਟੀ ਮਤਲਬ ਕਿ ਫਿਰ ਚੈੱਕ ਕਰੋ ਵੀ ਤਿੱਖਾ ਹੋ ਗਿਆ ਕਿ ਨਹੀਂ ਹੋ ਗਿਆ ਮਤਲਬ ਕਹਿਣ ਦਾ ਇਹ ਆ ਕਿ ਮਨ ਨੂੰ ਆਪਾਂ ਸਿਮਰਨ ਕਰਕੇ ਹੀ ਕੁੱਟ ਸਕਦੇ ਹਾਂ ਦਿਸਦਾ ਤਾਂ ਹੈ ਨਹੀਂ ਜੇ ਦਿਸਦਾ ਹੋਵੇ ਜੇ ਫੜ ਲਈਏ ਹੈ ਨਾ ਵੀ ਟਿੱਕ ਕੇ ਬਹਿ ਜਾ ਵੀ ਹੈ ਨਾ ਅਤੇ ਸੂਖਮ ਆ ਕੀ ਆ ਜੀ ਸੂਖਮ ਅਤੇ ਸੂਖਮ ਜਿਹੜਾ ਵਿਚਾਰਾਂ 'ਚ ਉਹ ਦੂਰ ਦੂਰ ਭੱਜ ਜਾਂਦਾ ਅਤੇ ਉਹਨੂੰ ਫੜਨਾ ਆਪਾਂ ਫੜ ਕੇ ਉਹਨੂੰ ਟਿਕਾਉਣਾ ਅਤੇ ਜੇ ਪਿਆਰ ਨਾਲ ਟਿਕਦਾ ਤਾਂ ਫਿਰ ਸਲੋ ਸਿਮਰਨ ਕਰਨਾ ਵਾਹ ਗੁਰੂ ਵੈਸੇ ਤਾਂ ਆਪਾਂ ਸਲੋ ਹੀ ਕਰਨਾ ਵਾਹ ਗੁਰੂ ਅਤੇ ਜੇ ਫੁਰਨਿਆਂ 'ਚ ਜਾਣੋ ਨਾ ਹਟੇ ਤਾਂ ਫਿਰ ਕੁੱਟਣਾ ਉੱਚੀ ਸਿਮਰਨ ਕਰਦੇ ਹਾਂ ਕੁੱਟਦੇ ਹਾਂ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਘਰਾਂ ਦੇ ਵਿੱਚ ਵੀ ਕੁੱਟਣਾ ਇਹ ਨਾ ਹੋਵੇ ਵੀ ਹਫ਼ਤੇ 'ਚ ਇੱਕ ਵਾਰੀ ਆਈਏ ਅਤੇ ਘਰ ਮਿਹਨਤ ਨਾ ਕਰੀਏ ਇੱਥੇ ਤਾਂ ਟ੍ਰੇਨਿੰਗ ਮਿਲਣੀ ਹੈ ਕੀ ਮਿਲਣੀ ਹੈ ਜੀ ਸਿਖਾਇਆ ਜਾਣਾ ਹੈ ਅਤੇ ਮਿਹਨਤ ਤੁਸੀਂ ਘਰ ਕਰਨੀ ਹੈ ਮਿਹਨਤ ਘਰ ਕਰਕੇ ਆਣ ਕੇ ਫਿਰ ਦੱਸਣਾ ਹੁੰਦਾ ਹੈ ਵੀ ਮੈਂ ਜੀ ਘਰ ਸਿਮਰਨ ਕਰਦਾ ਸੀ ਮੇਰੇ ਨਾਲ ਅੱਗੇ ਆਹ ਹੋਇਆ ਅੰਤਰਗਤ ਮੈਨੂੰ ਕੀ ਦਿਸਿਆ ਮੈਨੂੰ ਕੀ ਸੁਣਿਆ ਹੈ ਨਾ ਉਹ ਫਿਰ ਆਣ ਕੇ ਆਪਾਂ ਵਿਚਾਰ ਕਰਨੀ ਹੁੰਦੀ ਹੈ ਗੁਰਮੁਖਾਂ ਦੇ ਨਾਲ ਜਿਹੜੇ ਗੁਰਮੁਖ ਇੱਥੇ ਰਹਿ ਰਹੇ ਨੇ ਪ੍ਰੈਕਟੀਕਲ ਕਰਦੇ ਨੇ ਉਹਨਾਂ ਦੇ ਨਾਲ ਠੀਕ ਨੇ ਪੁੱਛਣਾ ਹੈ ਵੀ ਮੈਂ ਇਸ ਤਰ੍ਹਾਂ ਸਿਮਰਨ ਕਰਦਾ ਸੀ ਅੱਗੇ ਆਹ ਚੀਜ਼ ਹੋਈ ਹੈ ਕੀ ਇਹ ਸਹੀ ਹੋਈ ਹੈ ਜਾਂ ਨਹੀਂ ਸਹੀ ਹੈ ਨਾ ਅਤੇ ਉਹ ਫਿਰ ਗੁਰਮੁਖ ਦੱਸਣਗੇ ਤੁਹਾਨੂੰ ਆਪਦੇ ਕੋਲੋਂ ਨਹੀਂ ਲਾਉਣਗੇ ਆਈਡੀਆ ਤੀਰ ਤੁੱਕਾ ਨਹੀਂ ਲਾਉਣਗੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਸ਼ਬਦ ਲੈ ਕੇ ਤੁਹਾਨੂੰ ਤਸੱਲੀ ਕਰਾਉਣਗੇ ਵੀ ਇਹ ਸਹੀ ਆ ਜਾਂ ਨਹੀਂ ਸਹੀ ਠੀਕ ਹੈ ਜੀ ਉਹਨੂੰ ਫਿਰ ਤੁਸੀਂ ਮੰਨ ਕੇ ਫਿਰ ਅੱਗੇ ਮਿਹਨਤ ਕਰਨੀ ਆ ਅੱਗੇ ਫਿਰ ਹੋਰ ਪ੍ਰੈਕਟੀਕਲ ਹੋਏਗਾ ਇਸੇ ਤਰ੍ਹਾਂ ਪ੍ਰੈਕਟੀਕਲ ਕਰਦਿਆਂ ਹੋਇਆਂ ਇਹਦੇ ਵਿੱਚ ਇੱਕ ਚੀਜ਼ ਭੁੱਲਿਓ ਨਾ ਜੇ ਮਾਲਕ ਨੂੰ ਮਿਲਣਾ ਅਭਿਆਸ ਕਰਦਿਆਂ ਹੋਇਆਂ ਪ੍ਰੈਕਟੀਕਲ ਕਰਦਿਆਂ ਹੋਇਆਂ ਪਿਆਰ ਨਾ ਭੁੱਲਿਓ ਕੀ ਨਾ ਭੁੱਲਿਓ ਜੀ ਪਿਆਰ ਪਿਆਰ ਤੁਸੀਂ ਮਾਲਕ ਨੂੰ ਕਰਨਾ ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਪਿਆਰ ਨਾਲ ਸਿਮਰਨ ਕਰਨਾ ਪਿਆਰ ਦੇ ਨਾਲ ਮੱਥੇ 'ਤੇ ਤਿਉੜੀ ਨਹੀਂ ਪਾਉਣੀ ਖੁਸ਼ੀ ਖੁਸ਼ੀ ਮਨ ਦਾ ਆਸਣ ਲਾ ਕੇ ਮਸਤਕ ਦੇ ਸਾਹਮਣੇ ਅਤੇ ਸ਼ਬਦ ਨੂੰ ਸੁਣਨਾ ਅਨਹਦ ਸ਼ਬਦ ਨੂੰ ਅਤੇ ਪਿਆਰ ਵਾਲੀ ਅੱਖ ਬਣਾ ਕੇ ਮਾਲਕ ਨੂੰ ਦੇਖਣਾ ਅਤੇ ਇਹ ਪਹਿਲ ਦੇ ਆਧਾਰ 'ਤੇ ਪਿਆਰ ਦੂਜੇ ਨੰਬਰ 'ਤੇ ਪਿਆਰ ਨਾਲ ਜਿੰਨੀ ਕੁ ਮਿਹਨਤ ਕਰਾਏਗਾ ਪਿਆਰ ਦੇ ਵਿੱਚ ਮਿਹਨਤ ਜ਼ਿਆਦਾ ਹੋ ਜਾਂਦੀ ਹਾਂਜੀ ਪਿਆਰ ਤੋਂ ਬਿਨਾਂ ਬੱਧੋ ਰੁੱਧੀ ਜੀ ਦਾ ਬੰਦਾ ਬੈਠਾ ਰਹਿੰਦਾ ਵੀ ਮੈਂ ਥੋੜ੍ਹਾ ਜਿਹਾ ਕਰ ਲਵਾਂ ਉਹ ਟਾਈਮਾਂ ਦੇ ਵਿੱਚ ਚਲਾ ਜਾਂਦਾ ਘੜੀ ਦੇਖ ਕੇ ਕਰਦਾ ਆਪਾਂ ਘੜੀ ਨਹੀਂ ਦੇਖਦੀ ਠੀਕ ਨਾ ਆਪਾਂ ਖੁੱਲ੍ਹਾ ਹੀ ਸਮਾਂ ਰੱਖ ਕੇ ਮਾਲਕ ਨੂੰ ਪਿਆਰ ਕਰਨਾ ਸੋ ਗੁਰਮੁਖ ਪਿਆਰਿਓ ਸਮਾਂ ਹੋ ਗਿਆ ਜੀ ਕਲਾਸ ਦਾ ਹਰ ਐਤਵਾਰ ਵਾਲੇ ਦਿਨ ਆਪਾਂ ਤਕਰੀਬਨ 11 ਕੁ ਵਜੇ ਕਲਾਸ ਸ਼ੁਰੂ ਹੋ ਜਾਂਦੀ ਹੈ ਆਪਣੀ ਉਹੀ 1:30 ਵਜ ਜਾਂਦਾ 2 ਵਜ ਜਾਂਦੇ ਨੇ ਸਮਾਪਤੀ ਹੁੰਦੇ ਆ ਜਿਹੜੇ ਗੁਰਮੁਖ ਸਮਾਂ ਕੱਢ ਕੇ ਆਉਂਦੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਮਾਲਕ ਦੀ ਡਿਊਟੀ ਕਰਦੇ ਹਾਂ ਅਸੀਂ ਮਾਲਕ ਦੀ ਸਿਫਤਸਲਾਹ ਕਰਦੇ ਹਾਂ ਅਤੇ ਤੁਸੀਂ ਘਰਾਂ ਦੇ ਵਿੱਚੋਂ ਸਮਾਂ ਕੱਢ ਕੇ ਮਾਲਕ ਦੀ ਸਿਫਤਸਲਾਹ ਸੁਣਨ ਵਾਸਤੇ ਆਉਂਦੇ ਹੋ ਅਤੇ ਪ੍ਰੈਕਟੀਕਲ ਕਰਨ ਵਾਸਤੇ ਆਉਂਦੇ ਹੋ ਪ੍ਰਤੱਖ ਇਹਦੀ ਪ੍ਰਤੱਖ ਮਾਲਕ ਦੀ ਆਵਾਜ਼ ਸੁਣਨੀ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਸੁਣਨੀ ਸੱਚੀ ਮੁੱਚੀ ਸੁਣਨੀ ਪ੍ਰਤੱਖ ਮਾਲਕ ਨੂੰ ਦੇਖਣਾ ਪ੍ਰਭ ਵੇਖਣ ਕਾ ਚਾਓ ਕਿਵੇਂ ਦੇਖਣਾ ਉਹ ਸਾਰਾ ਇੱਥੇ ਪ੍ਰੈਕਟੀਕਲ ਕਰਾਇਆ ਜਾਂਦਾ ਉਹਦੇ ਲਈ ਫਿਰ ਥੋੜ੍ਹਾ ਸਮਾਂ ਜ਼ਿਆਦਾ ਚਾਹੀਦਾ ਅਤੇ ਜਦੋਂ ਫਿਰ ਗੁਰਮੁਖ ਸਮਾਂ ਸੈੱਟ ਕਰਦੇ ਨੇ ਫਿਰ ਉਹਨਾਂ ਨੂੰ ਦੱਸ ਦਈਦਾ ਵੀ ਤੁਸੀਂ ਇਸ ਦਿਨ 2 ਦਿਨ 3 ਦਿਨ ਲਾ ਸਕਦੇ ਹੋ ਉਹ ਵੀ ਪ੍ਰੈਕਟੀਕਲ ਕਰਨ ਵਾਸਤੇ ਥੋੜ੍ਹੀ ਜਿਹੀ ਜੁਗਤੀਆਂ ਵਿਧੀਆਂ ਸਿੱਖਣ ਵਾਸਤੇ ਸੋ ਗੁਰਮੁਖ ਪਿਆਰਿਓ ਜਦੋਂ ਵੀ ਤੁਹਾਡਾ ਸਮਾਂ ਲੱਗੇ ਤੁਸੀਂ ਆ ਸਕਦੇ ਹੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਵਿਚਾਰ ਹੋਈ ਹੈ ਜੀ ਵਿਚਾਰ ਕਰਦਿਆਂ ਤੋਂ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ
ਗਲਤੀ ਹੋ ਜਾਂਦੀ ਹੈ। ਸੰਗਤ ਦੇ ਗੁਰੂ ਗੁਰੂ ਘਰ ਦੇ ਵਿੱਚ ਬਖਸ਼ਣਯੋਗ ਹੁੰਦੇ ਨੇ। ਜੇ ਮਾਲਕ ਦੇ ਇਸ ਬੱਚੇ ਤੋਂ ਗਲਤੀ ਹੋ ਗਈ ਹੋਵੇ, ਸੰਗਤ ਦੇ ਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।